ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਆਪਣੀ ਨਰਮੇ ਦੀ ਕਿਤਾਬ ਕਿਹੜੀਆਂ ਕਿਹੜੀਆਂ ਜਗ੍ਹਾ ਦੇ ਵਿੱਚ ਮਿਲ ਰਹੀ ਹੈ ਕਿਹੜੇ ਕਿਹੜੇ ਸ਼ਹਿਰਾਂ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਕੋਲ ਰੱਖੀ ਹੋਈ ਹੈ ਇਸ ਵੀਡੀਓ ਰਾਹੀਂ ਤੁਹਾਨੂੰ ਉਹ ਸਾਰੀ ਜਾਣਕਾਰੀ ਮਿਲੇਗੀ ਕਿਉਂਕਿ ਕਾਫੀ ਜ਼ਿਆਦਾ ਕਿਸਾਨਾਂ ਦੇ ਫੋਨ ਆਉਂਦੇ ਸਨ ਕਿ ਸਾਡੇ ਏਰੀਆ 'ਚ ਕਿੱਥੇ ਮਿਲੇਗੀ ਸਾਡੇ ਪਿੰਡ ਕਿੱਥੇ ਮਿਲੇਗੀ ਸਾਡੇ ਮੰਡੀ ਇਹ ਲੱਗਦੀ ਹੈ ਸ਼ਹਿਰ ਕੀ ਲੱਗਦਾ ਤੁਹਾਨੂੰ ਇਹ ਵੀਡੀਓ ਥੋੜੀ ਐਚਡੀ ਕੁਆਲਿਟੀ 'ਚ ਦੇਖਣੀ ਪਵੇਗੀ ਉੱਪਰੋਂ ਕੁਆਲਿਟੀ ਇਹਦੀ ਵਧੀਆ ਸਿਲੈਕਟ ਕਰ ਲਓ ਦੇਖਣ ਵਾਸਤੇ ਤੇ ਸਕਰੀਨਸ਼ਾਟ ਲੈ ਸਕਦੇ ਹਾਂ ਕਿਸਾਨਾਂ ਦੇ ਨੰਬਰ ਤੁਹਾਡੇ ਨਾਲ ਮੈਂ ਸਾਂਝੇ ਕਰਨ ਲੱਗਾ ਕਿ ਕਿਹੜੇ-ਕਿਹੜੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਏਰੀਆ ਦੇ ਵਿੱਚ ਆਪਣੀ ਨਰਮੇ ਦੀ ਕਿਤਾਬ ਪੰਜਾਬੀ ਵਰਜ਼ਨ ਪਹੁੰਚਿਆ ਹੋਇਆ ਤੇ ਕੁਝ ਦਿਨਾਂ ਦੇ ਅੰਦਰ ਇੱਕ ਹਿੰਦੀ ਵਰਜ਼ਨ ਵੀ ਅਵੇਲੇਬਲ ਹੋ ਜਾਵੇਗਾ ਬੁੱਕ ਦੇ ਨਾਲ ਸਾਰੀ ਰਿਲੇਟਡ ਜਾਣਕਾਰੀ ਫੇਸਬੁਕ ਪੇਜ ਤੇ ਅਪਡੇਟ ਹੁੰਦੀ ਰਹਿੰਦੀ ਆ ਸਟੋਰੀਆਂ ਦੇ ਰੂਪ ਵਿੱਚ ਤੇ ਪੋਸਟਾਂ ਦੇ ਰੂਪ ਵਿੱਚ ਪਰ ਇਸ ਵੀਡੀਓ ਰਾਹੀਂ ਆਪਾਂ ਪਹਿਲੀ ਵੀਡੀਓ ਬਣਾ ਰਹੇ ਹਾਂ ਜੀ ਦੇ ਵਿੱਚ ਕਿਸਾਨਾਂ ਦੇ ਨੰਬਰ ਤੁਹਾਨੂੰ ਦੱਸੇ ਜਾਣਗੇ ਤੁਸੀਂ ਆਪਣੇ ਏਰੀਆ ਮੁਤਾਬਕ ਕਿਸਾਨ ਨੂੰ ਫੋਨ ਕਰਕੇ ਕਿਤਾਬ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਕੋਸ਼ਿਸ਼ ਕਰਿਓ ਕਿ ਸਵੇਰ ਦੇ 8 ਵਜੇ ਤੋਂ ਪਹਿਲਾਂ ਤੁਸੀਂ ਉਹਨਾਂ ਤੋਂ ਸਮਾਂ ਲਵੋ ਕਿਤਾਬ ਲੈਣ ਦਾ ਕਿਉਂਕਿ ਆ ਬਾਕੀ ਦਿਨ ਦਾ ਰੁਝਾਨ ਉਹਨਾਂ ਦਾ ਵੀ ਕਾਫੀ ਜਿਆਦਾ ਬਿਜੀ ਹੁੰਦਾ ਤੁਸੀਂ ਕਿਸਾਨਾਂ ਨੂੰ ਡਿਸਟਰਬ ਵੀ ਨਾ ਕਰਿਓ ਤੇ ਮੇਰਾ ਵਟਸਐਪ ਨੰਬਰ ਵੀ ਤੁਸੀਂ ਇਸ ਬੁੱਕ ਦੇ ਲਈ ਯੂਜ਼ ਕਰ ਸਕਦੇ ਹੋ ਮੈਂ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਆਪਣਾ ਵਟਸਐਪ ਨੰਬਰ ਦੇ ਰਿਹਾ ਤੁਸੀਂ ਉੱਤੇ ਵੀ ਆਪਣਾ ਮੈਸੇਜ ਕਰ ਸਕਦੇ ਹੋ ਤੇ ਮੈਸੇਜ ਭੇਜਣ ਤੋਂ ਪਹਿਲਾਂ ਤੁਸੀਂ ਜੇਕਰ ਤੁਹਾਡਾ ਨੰਬਰ ਮੇਰੇ ਕੋਲ ਸੇਵ ਨਹੀਂ ਹੈਗਾ ਤਾਂ ਤੁਸੀਂ ਆਪਣਾ ਨਾਮ ਪਿੰਡ ਡਿਸਟ੍ਰਿਕਟ ਤੇ ਸਟੇਟ ਇਹ ਚਾਰ ਚੀਜ਼ਾਂ ਮੈਨੂੰ ਜ਼ਰੂਰ ਵਟਸਐਪ ਟੈਕਸਟ ਕਰ ਦਿਓ ਨੰਬਰ ਸੇਵ ਹੋਊਗਾ ਤੁਹਾਨੂੰ ਸਾਰੇ ਮੇਰੇ ਸਟੇਟਸ ਵੀ ਦੇਖਣਗੇ ਤੇ ਤੁਹਾਡਾ ਨੰਬਰ ਮੇਰੇ ਕੋਲ ਸੇਵ ਹੋ ਜਾਊਗਾ ਤੇ ਤੁਹਾਨੂੰ ਮੇਰੇ ਨਾਲ ਗੱਲਬਾਤ ਕਰਨੀ ਵਟਸਐਪ ਦੇ ਜ਼ਰੀਏ ਸੌਖੀ ਸੋ ਮੈਂ ਤੁਹਾਡੇ ਨਾਲ ਏਰੀਏ ਸਾਂਝੇ ਕਰ ਰਿਹਾ ਪਹਿਲਾਂ ਪੰਜਾਬ ਤੋਂ ਸ਼ੁਰੂਆਤ ਕਰਦੇ ਹਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਦੋ ਦੁਕਾਨਾਂ ਦੇ ਉੱਪਰ ਆਪਣੀ ਜਿਹੜੀ ਕਿਤਾਬ ਪਈ ਹੋਈ ਹੈ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਬਠਿੰਡੇ ਤੋਂ ਨਾਲ ਲੱਗਦਾ ਪਿੰਡ ਕੋਟਸ਼ਮੀਰ ਤਲਵੰਡੀ ਸਾਬੋ ਰੋਡ ਤੇ ਆਪਣੀਆਂ ਕਿਤਾਬਾਂ ਪਈਆਂ ਹੋਈਆਂ ਵੀਰ ਲਵਪ੍ਰੀਤ ਜੀ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ ਵਿੱਚ ਚੱਠਾ ਟੈਂਟ ਹਾਊਸ ਖੰਡਾ ਚੌਂਕ ਦੇ ਵਿੱਚ ਆਪਣੀਆਂ ਕਿਤਾਬਾਂ ਮੌਜੂਦ ਹੈ ਤੁਸੀਂ ਉੱਥੇ ਜਾ ਕੇ ਲੈ ਸਕਦੇ ਹੋ ਤੇ ਬਾਈ ਢਿੱਲੋ ਬਠਿੰਡੇ ਵਾਲੇ ਜਿਹਨਾਂ ਦਾ ਤੁਸੀਂ ਕਾਫੀ ਜਿਆਦਾ ਵੀਡੀਓ ਦੇਖਦੇ ਹੋ ਉਹਨਾਂ ਦੇ ਪਿੰਡ ਵੀ ਆਪਣੀਆਂ ਕਿਤਾਬਾਂ ਮੌਜੂਦ ਆ ਤੁਸੀਂ ਉਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਆਪਣੀਆਂ ਕਿਤਾਬਾਂ ਬਾਰੇ ਨੇੜਲੇ ਕਿਸਾਨ ਜਾਣਕਾਰੀ ਲੈ ਕੇ ਕਿਤਾਬਾਂ ਲੈ ਸਕਦੇ ਆ ਇਸ ਤੋਂ ਇਲਾਵਾ ਰੋੜੀ ਰੋਡ ਦੇ ਉੱਪਰ ਸੂਰਤੀਆ ਤੇ ਲਹਿਰੀ ਪਿੰਡ ਦੇ ਵਿੱਚ ਵੀ ਆਪਣਾ ਕਿਤਾਬਾਂ ਪਾਈਆਂ ਹੋਈਆਂ ਉੱਥੇ ਵੀ ਤੁਸੀਂ ਨੀਡਲ ਇੱਕਸਾਨ ਲੈ ਸਕਦੇ ਹੋ ਇਸੇ ਤਰ੍ਹਾਂ ਲਾਵਾ ਜਿੱਥੇ ਥਰਮਲ ਲੱਗਿਆ ਹੋਇਆ ਜਿਹੜੇ ਬਹਿਣੀਵਾਲ ਪਿੰਡ ਤੇ ਮੂਸਾ ਪਿੰਡ ਉੱਥੋਂ ਦੇ ਵੀ ਫਾਰਮਰਾਂ ਦੇ ਕੋਲ ਆਪਣੀਆਂ ਕਿਤਾਬਾਂ ਪਹੁੰਚੀਆਂ ਹੋਈਆਂ ਤੁਸੀਂ ਲੈ ਸਕਦੇ ਹੋ ਮਾਨਸਾ ਦੇ ਕਿਸਾਨ ਕਾਫੀ ਜਿਆਦਾ ਨਿਰਾਸ਼ ਚੱਲਦੇ ਸੀਗੇ ਮਾਨਸਾ ਦੇ ਵਿੱਚ ਖਾਸ ਮਾਨਸਾ ਸ਼ਹਿਰ ਦੇ ਵਿੱਚ ਵੀ ਕਿਤਾਬਾਂ ਪਈਆਂ ਹੋਈਆਂ ਮਨੀਸ਼ ਦੇ ਕੋਲ ਬਾਈ ਕੋਲ ਉਹਨਾਂ ਦੇ ਤੁਸੀਂ ਦੁਕਾਨ ਤੇ ਪਹੁੰਚ ਕੇ ਕਿਤਾਬਾਂ ਲੈ ਸਕਦੇ ਹੋ ਮਾਨਸਾ ਕੈਂਚੀਆਂ ਦੇ ਨਾਲ ਪਿੰਡ ਹੈ ਜੀ ਮਲਖਪੁਰ ਖਿਆਲਾ ਉੱਥੋਂ ਬਾਈ ਤੁਸੀਂ ਜਗਦੀਪ ਤੋਂ ਕਿਤਾਬਾਂ ਲੈ ਸਕਦੇ ਹੋ ਇਸ ਤੋਂ ਇਲਾਵਾ ਬੁੱਢਲਾਡਾ ਮੰਡੀ ਬੋਹਾ ਮੰਡੀ ਤੁਸੀਂ ਇਹਨਾਂ ਦੇ ਵਿੱਚ ਜਾ ਕੇ ਆਪਣੀਆਂ ਕਿਤਾਬਾਂ ਪਰਚੇਸ ਕਰ ਸਕਦੇ ਹੋ ਕਿਸਾਨਾਂ ਦੇ ਨੰਬਰ ਤੁਹਾਡੇ ਦਿੱਤੇ ਹੋਏ ਆ ਇਸ ਤੋਂ ਇਲਾਵਾ ਰਤੀਆ ਖਾਸ ਰਤੀਆ ਦੇ ਨਾਲ ਜਿਹੜਾ ਵੀ ਏਰੀਆ ਪੈਂਦਾ ਪੰਜਾਬੀ ਭਾਈਚਾਰੇ ਦਾ ਉਹ ਰਤੀਆ ਤੋਂ ਜਿਹੜੀ ਆ ਕਿਤਾਬ ਲੈ ਸਕਦੇ ਆ ਅਤੇ ਇਹਦੇ ਨਾਲ ਹੀ ਹਰੌਲੀ ਪਿੰਡ ਆ ਸਰਦੂਲਗੜ ਰੋਡ ਤੇ ਉੱਥੋਂ ਤੁਸੀਂ ਕਿਤਾਬਾਂ ਲੈ ਸਕਦੇ ਹੋ ਸਰਦੂਲਗੜ ਦੇ ਨਾਲ ਜਿਹੜਾ ਸਰਦੂਲੇ ਵਾਲਾ ਪਿੰਡ ਜਿੱਥੇ ਕੈਂਚੀਆਂ ਪੈਂਦੀਆਂ ਉੱਥੇ ਕਾਫੀ ਜ਼ਿਆਦੇ ਨਰਮਾ ਏਰੀਆ ਲੱਗਦਾ ਹੈਗਾ ਉੱਥੇ ਦੇ ਵੀ ਕਿਸਾਨਾਂ ਕੋਲ ਆਪਣੀਆਂ ਕਿਤਾਬਾਂ ਪਈਆਂ ਤੁਸੀਂ ਪਹੁੰਚ ਕੇ ਕਿਤਾਬਾਂ ਲੈ ਸਕਦੇ ਹੋ ਇਸ ਤੋਂ ਇਲਾਵਾ ਕਾਲਾਂ ਵਾਲੀ ਮੰਡੀ ਦੇ ਵਿੱਚ ਵੀ ਕਿਤਾਬਾਂ ਮੌਜੂਦ ਆ ਸੰਦੀਪ ਜੀ ਕੋਲ ਤੇ ਉਹਨਾਂ ਦੇ ਇੱਕ ਫਰੈਂਡ ਅਮਨ ਪੈਸ ਪੰਜਾਬੀ ਪੈਸੀਸਾਈਡ ਉਹਨਾਂ ਦੇ ਕੋਲ ਵੀ ਆਪਣੀਆਂ ਕਿਤਾਬਾਂ ਮੌਜੂਦ ਆ ਤੁਸੀਂ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਸ ਤੋਂ ਇਲਾਵਾ ਸਰਸਾ ਡੱਬਾ ਵਾਲੀ ਰੋਡ ਦੇ ਉੱਪਰ ਚੋਰਮਾਰ ਖੇੜਾ ਪਿੰਡ ਆ ਉੱਥੇ ਵੀ ਕਿਤਾਬਾਂ ਆਪਣੀਆਂ ਮੌਜੂਦ ਆ ਤੁਸੀਂ ਕਿਤਾਬਾਂ ਲੈ ਸਕਦੇ ਹੋ ਮਿਠੜੀ ਪਿੰਡ ਡੱਬ ਵਾਲੀ ਦੇ ਬਿਲਕੁਲ ਨੇੜੇ ਆ ਉੱਥੇ ਵੀ ਤੁਸੀਂ ਆਪਣੀਆਂ ਕਿਤਾਬਾਂ ਲੈ ਸਕਦੇ ਹੋ ਡੱਬ ਵਾਲੀ ਖਾਸ ਰਾਜੇ ਸ਼ਾਮ ਬੈਕੀ ਸਾਈਡ ਆ ਸਕੇਰੇ ਖੇੜੇ ਵਾਲੇ ਉਹਨਾਂ ਨੂੰ ਕਹਿੰਦੇ ਆ ਉਹ ਆਪਣੇ ਇਸ ਜੀ ਤੋਂ ਤੁਸੀਂ ਕਿਤਾਬਾਂ ਲੈ ਸਕਦੇ ਹੋ ਇਸ ਤੋਂ ਇਲਾਵਾ ਸੰਗਤ ਮੰਡੀ ਵੀ ਆਪਣੀਆਂ ਕਿਤਾਬਾਂ ਪਹੁੰਚੀਆਂ ਹੋਈਆਂ ਤੁਸੀਂ ਉੱਥੇ ਜਾ ਕੇ ਕਿਤਾਬਾਂ ਲੈ ਸਕਦੇ ਹੋ ਕਾਲ ਚਰਾਣੀ ਪਿੰਡ ਬਾਦਲ ਰੋਡ ਦੇ ਉੱਪਰ ਆ ਉੱਥੇ ਵੀ ਆਪਣੀਆਂ ਕਿਤਾਬਾਂ ਪਹੁੰਚੀਆਂ ਹੋਈਆਂ ਨੰਬਰ ਬਲਿੰਕ ਕਰ ਰਿਹਾ ਤੁਸੀਂ ਦਾ ਸਕਰੀਨ ਸ਼ਾਟ ਲੈ ਕੇ ਉਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਬਠਿੰਡਾ ਮੁਕਸਰ ਰੋਡ ਦੇ ਉੱਪਰ ਦਿਉਣ ਪਿੰਡ ਬਾਈ ਰਮਨਦੀਪ ਜੀ ਤੋਂ ਤੁਸੀਂ ਕਿਤਾਬਾਂ ਲੈ ਸਕਦੇ ਹੋ ਤੇ ਖਾਸ ਮੁਕਸਰ ਭਾਈਚਾਰਾ ਪੈਸੀ ਸਾਈਡ ਤੋਂ ਤੁਸੀਂ ਕਿਤਾਬਾਂ ਲੈ ਸਕਦੇ ਹੋ ਦੋ ਨੰਬਰ ਤੁਹਾਨੂੰ ਦਿਖਾਈ ਦੇ ਰਹੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਮਲੂਕਪੁਰ ਪਿੰਡ ਤੋਂ ਵੀ ਕਿਤਾਬਾਂ ਲੈ ਸਕਦੇ ਹੋ ਜਿਹੜਾ ਕਿ ਮਲੋਟ ਅਬੋਹਰ ਰੋਡ ਤੇ ਆ ਤੇ ਖਾਸ ਅਬੋਹਰ ਦੇ ਵਿੱਚੋਂ ਵੀ ਤੁਸੀਂ ਕਿਤਾਬਾਂ ਲੈ ਸਕਦੇ ਹੋ ਤੁਹਾਨੂੰ ਦੋ ਤਿੰਨ ਨੰਬਰ ਦਿਖਾਈ ਦੇ ਰਹੇ ਆ ਇਸ ਤੋਂ ਇਲਾਵਾ ਡੱਬ ਵਾਲੀ ਮਲੋਟ ਸੌਰੀ ਡੱਬ ਵਾਲੀ ਅਬੋਹਰ ਰੋਡ ਦੇ ਉੱਪਰ ਪਿੰਡ ਹੈਗਾ ਛੀ ਤੋਂ ਗੁਣਾ ਉਥੋਂ ਵੀ ਤੁਸੀਂ ਆਪਣੀਆਂ ਕਿਤਾਬਾਂ ਪੰਜਾਬੀ ਵਰਜ਼ਨ ਖਰੀਦ ਸਕਦੇ ਹੋ ਤੇ ਜਿਹੜੇ ਕਿਸਾਨ ਹਨੂਮਾਨਗੜ ਗੰਗਾ ਨਗਰ ਏਰੀਏ ਦੇ ਆ ਉਹਨਾਂ ਨੂੰ ਵੀ ਨੰਬਰ ਦਿਖਾਈ ਦੇ ਰਿਹਾ ਤੁਸੀਂ ਹਨੂਮਾਨਗੜ ਏਰੀਏ ਦੇ ਵਿੱਚੋਂ ਵੀ ਆਪਣੀਆਂ ਕਿਤਾਬਾਂ ਲੈ ਸਕਦੇ ਹੋ ਤੇ ਗੰਗਾ ਨਗਰ ਏਰੀਏ ਦੇ ਵਿੱਚੋਂ ਵੀ ਕਿਤਾਬਾਂ ਲੈ ਸਕਦੇ ਹੋ ਬਾਕੀ ਏਰੀਆ ਦੇ ਵਿੱਚ ਹਜੇ ਕਿਤਾਬਾਂ ਜਿਹੜੀਆਂ ਪਹੁੰਚਣ ਤੇ ਥੋੜਾ ਸਮਾਂ ਲੱਗੇਗਾ ਔਨਲਾਈਨ ਆਰਡਰ ਵੀ ਤੁਹਾਨੂੰ ਅਵੇਲੇਬਲ ਕਰ ਦਿੱਤਾ ਗਿਆ ਕਿ ਕੋਈ ਵੀ ਕਿਸਾਨ ਕਿਤੇ ਵੀ ਬੈਠਾ ਆਪਣੇ ਸ਼ਹਿਰ ਦੇ ਕਿਸੇ ਖਾਸ ਦੋਸਤ ਦੇ ਐਡਰੈਸ ਤੇ ਤੁਸੀਂ ਕਿਤਾਬ ਮੰਗਾ ਲਓ ਦਨ ਦਿਨਾਂ ਦੇ ਵਿੱਚ ਤੁਹਾਨੂੰ ਕਿਤਾਬ ਪਹੁੰਚਣੀ ਸ਼ੁਰੂ ਹੋ ਜੇਗੀ Amazon ਤੇ ਆਰਡਰ ਆਨਲਾਈਨ ਤੁਸੀਂ ਕਰ ਸਕਦੇ ਹੋ ਨਰਮਾ ਇੰਗਲਿਸ਼ ਦੇ ਵਿੱਚ ਸਰਚ ਕਰੋ ਜਦ ਤੁਸੀਂ ਮੇਰਾ ਨਾਮ ਸਰਚ ਕਰ ਸਕਦੇ ਹੋ ਪ੍ਰਗਟ ਸਿੰਘ ਤਾਂ ਇੱਕੋ ਹੀ ਕਿਤਾਬ ਆਪਣੀ ਉੱਥੇ ਅਵੇਲੇਬਲ ਆ ਨਰਮੇ ਦੀ ਫਸਲ ਦੇ ਨਾਲ ਸੰਬੰਧਿਤ ਤੁਸੀਂ ਉੱਥੋਂ ਵੀ ਮੰਗਵਾ ਸਕਦੇ ਹੋ ਜਿਹੜੇ ਵੀ ਕਿਸਾਨ ਵੀਰਾਂ ਨੂੰ ਕੋਈ ਡਾਊਟ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਪਣਾ ਏਰੀਆ ਤੇ ਤੁਹਾਨੂੰ ਕਮੈਂਟਾਂ ਦੇ ਵਿੱਚ ਵੀ ਉਸ ਕਿਸਾਨ ਦਾ ਨੰਬਰ ਦਿੱਤਾ ਜਾਵੇਗਾ ਜਿਹੜੇ ਕਿਸਾਨ ਕਿਤਾਬਾਂ ਵਿਵੰਨਨ ਦਾ ਕੰਮ ਕਰ ਰਹੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ